ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਆਪਣੇ ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੀਆਂ ਦਰਸ਼ਕਾਂ ਦੀਆਂ ਲਿਖਤਾਂ ਅਤੇ ਜਿਹੜੇ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਦੇ ਹਾਂ। ਅੱਜ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸ਼ਾਇਰ ਸਾਡੇ ਢਿੱਲੋਂ ਸਾਹਿਬ ਜੀ, ਉਹਨਾਂ ਦੀ ਇੰਗਲਿਸ਼ ਵਿੱਚ ਜਿਹੜੀ ਨਜ਼ਮ ਹੁੰਦੀ ਹੈ ਦ ਰਿਦਮ ਆਫ ਫਰੀਡਮ, ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਵੀ, ਔਰ ਬੇਸ਼ੱਕ ਅਸੀਂ ਕਿਸੇ ਸਟੇਜ 'ਤੇ ਕਾਮੈਂਟਸ ਹੁਣ ਭਾਵੇਂ ਲਾਈਵ ਦੇਖਦੇ ਹਾਂ ਯੂਟਿਊਬ 'ਤੇ, ਉਸ ਤੋਂ ਬਾਅਦ ਬਹੁਤ ਸਾਰੇ ਕਾਮੈਂਟ ਹੁੰਦੇ ਨੇ। ਮੈਂ ਸੋਚ ਰਿਹਾ ਉਹਨਾਂ 'ਚੋਂ ਵੀ ਜਿਹੜੇ ਕੁਛ ਸਿਲੈਕਟ ਨੇ, ਜਿਨ੍ਹਾਂ ਦੇ ਵਿੱਚ ਕੋਈ ਸਵਾਲ ਨੇ ਜਾਂ ਕੋਈ ਹੋਰ ਯੂਸਫੁਲ ਜਾਣਕਾਰੀ ਹੈ, ਉਹਨੂੰ ਵੀ ਅਸੀਂ ਸਾਂਝੇ ਕਰਿਆ ਕਰਾਂਗੇ। ਪਰ ਹਾਲ ਦੀ ਘੜੀ ਅਸੀਂ ਲਿਖਤਾਂ ਦੇ ਉੱਤੇ ਜਾਂ ਜਿਹੜੇ ਸਾਡੇ ਕ੍ਰੀਏਟਿਵ ਸ਼ਾਇਰ ਨੇ ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਜਿਨ੍ਹਾਂ ਦੀਆਂ ਲਿਖਤਾਂ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ, ਉਹਨਾਂ ਦੀਆਂ ਨਜ਼ਮਾਂ ਨੂੰ, ਉਹਨਾਂ ਦੇ ਵਿੱਚ ਜਿੱਥੇ ਕੌਮ ਦਾ ਦਰਦ ਹੈ, ਪੀੜ ਹੈ, ਹੋਪ ਹੈ, ਉੱਥੇ ਅੰਗਰੇਜ਼ੀ ਲੈਂਗੁਏਜ ਦੇ ਉੱਤੇ ਉਹਨਾਂ ਦੀ ਪੂਰੀ ਕਮਾਂਡ ਹੋਣ ਕਰਕੇ ਉਹਦਾ ਪੂਰਾ ਜਿਹੜਾ ਇੱਕ ਜਿਹੜਾ ਪੋਇਮ ਦਾ ਵਜ਼ਨ ਹੁੰਦਾ ਉਹ ਵੀ ਅਸੀਂ ਕਰਦੇ ਹਾਂ। ਉਹਨੂੰ ਤੁਸੀਂ ਜਦੋਂ ਅੰਗਰੇਜ਼ੀ 'ਚ ਪੜ੍ਹਦੇ ਹੋ ਉਹਨੂੰ ਇੰਜੋਏ ਕੀਤਾ ਜਾਂਦਾ। ਸਾਡੇ ਬਹੁਤ ਸਾਰੇ ਵਿਊਰਸ ਨੇ ਬਹੁਤ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਜਿਹੜੀ ਸਾਨੂੰ ਆਪਣੀ ਛੇਕੜਲੀ ਨਜ਼ਮ ਭੇਜੀ ਹੈ ਦਾ ਰਿਦਮ ਆਫ ਫਰੀਡਮ। ਹੁਣ ਰਿਦਮ ਅਸੀਂ ਦੇਖਦੇ ਹਾਂ ਕਿ ਵੀ ਇੱਕ ਉਸ ਕਿਸਮ ਦੀ ਇੱਕ ਪਾਰਟ ਹੈ ਕਿ ਵੀ ਇਹ ਜਿਹੜਾ ਆਜ਼ਾਦੀ ਦਾ ਇੱਕ ਨਾਲ ਦੀ ਨਾਲ ਨਾਦ ਵੀ ਵੱਜਦਾ ਹੁੰਦਾ, ਇੱਕ ਆਵਾਜ਼ ਵੀ ਹੈ ਔਰ ਉਸ ਦੇ ਵਿੱਚ ਇੱਕ ਸੰਤੁਲਨ ਵੀ ਹੁੰਦਾ, ਉਹਨੂੰ ਹੀ ਅਸੀਂ ਜਿਹੜਾ ਚਾਲ ਕਹਿੰਦੇ ਹਾਂ। ਜਾਂ ਜਿਵੇਂ ਇੱਕ ਕਿਸੇ ਚੀਜ਼ ਦਾ ਇੱਕ ਫਲੋ ਹੈ, ਉਸ ਦਾ ਇੱਕ ਰਿਦਮ ਹੈ। ਔਰ ਉਹਨਾਂ ਨੇ ਕਿਹਾ, ਵੈਨ ਆਈ ਥਿੰਕ ਆਫ ਗਰੋਥ ਮਾਈ ਕੌਨਸ਼ੀਅਸ ਵਿਸਪਰਸ, ਕੈਨ ਯੂ ਸਰਵਾਈਵ ਦਾ ਸਟੋਰਮ, ਵੈਨ ਆਈ ਸੀਕ ਫਰੀਡਮ ਇਟ ਕੁਐਸਚਨਸ, ਆਰ ਯੂ ਰੈਡੀ ਟੂ ਟਰੂਲੀ ਲਿਵ। ਹੁਣ ਇਹ ਬੜੇ ਕੀਮਤੀ ਸਵਾਲੀਆ ਨਿਸ਼ਾਨ ਨੇ ਦੋਵਾਂ ਥਾਵਾਂ 'ਤੇ। ਵੈਨ ਆਈ ਥਿੰਕ ਆਫ ਗਰੋਥ ਮਾਈ ਕੌਨਸ਼ੀਅਸ ਵਿਸਪਰਸ, ਕਿ ਜਦੋਂ ਮੈਂ ਗਰੋਥ ਦੀ ਵਧੋਤਰੀ ਦੀ ਗੱਲ ਸੋਚਦਾ, ਮੇਰੀ ਜ਼ਮੀਰ ਮੇਰੇ ਕੰਨਾਂ 'ਚ ਫੁਸਫੁਸ ਆਉਂਦੀ ਹੈ, ਮੇਰੀ ਕੌਨਸ਼ੀਅਸ ਮੈਨੂੰ ਯਾਦ ਦਹਾਨੀ ਕਰਾਉਂਦੀ ਹੈ। ਕੈਨ ਯੂ ਸਰਵਾਈਵ ਦਾ ਸਟੋਰਮ, ਕਿ ਕੀ ਤੂੰ ਤੂਫਾਨਾਂ ਨਾਲ ਲੜਨ ਦੀ ਹਿੰਮਤ ਰੱਖਦਾ, ਤੂਫਾਨ ਦੇ ਸਾਹਮਣੇ ਛਾਤੀ ਖੋਲ੍ਹ ਕੇ ਖਲੋਏਗਾ? ਕੈਨ ਯੂ ਸਰਵਾਈਵ ਦਾ ਸਟੋਰਮ, ਵੈਨ ਆਈ ਸੀਕ ਫਰੀਡਮ, ਜਦੋਂ ਮੈਂ ਆਜ਼ਾਦੀ ਦੀ ਦਾ ਸੋਚਦਾ, ਆਜ਼ਾਦੀ ਦੀ ਮੰਗ ਕਰਦਾ, ਇਟ ਕੁਐਸਚਨ, ਫਿਰ ਮੇਰੇ ਅੰਦਰੋਂ ਜ਼ਿਹਨ 'ਚੋਂ ਇਹ ਸਵਾਲ ਨਿਕਲਦਾ, ਆਰ ਯੂ ਰੈਡੀ ਟੂ ਟਰੂਲੀ ਲਿਵ। ਇਹ ਹੈ, ਸਵਾਲ ਵੀ ਹੈ ਔਰ ਜਵਾਬ ਵੀ ਹੈ। ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ, ਸਾਇਲੈਂਸ ਐਂਡ ਗਲਫਸ ਮੀ, ਫੀਅਰ ਗ੍ਰਿਪਸ ਟਾਈਟ, ਮਾਈ ਹਾਰਟ ਰੇਸਿਸ ਏ ਰੈਪਿਡ ਡਰਮ ਬੀਟ, ਈਕੋਇੰਗ ਦਾ ਰਾਈਜ਼ ਆਫ ਡਰੈਡ ਵਿਦ ਇਨ। ਕਿ ਮੈਂ ਤਾਂ ਗੁਜ਼ਾਰ ਲਿਆ, ਜਦੋਂ ਮੈਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ, ਮੁਸਤਕਬਿਲ ਬਾਰੇ, ਫਿਊਚਰ ਬਾਰੇ ਸੋਚਦਾ, ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ, ਸਾਇਲੈਂਸ ਐਂਡ ਗਲਫਸ ਮੀ, ਫੀਅਰ ਗ੍ਰਿਪਸ ਟਾਈਟ। ਕਿ ਮੇਰਾ ਇਕਦਮ ਅੰਦਰ ਚੁੱਪ ਕਰ ਜਾਂਦਾ, ਇੱਕ ਖੌਫ ਦਾ ਮਾਹੌਲ ਅੰਦਰ ਬਣ ਜਾਂਦਾ, ਜਿਹਨੂੰ ਤੁਸੀਂ ਕਹਿੰਦੇ ਵੀ ਤੁਸੀਂ ਸੋਚਦੇ ਹੋ ਵੀ ਆਹ ਜਿਹਨਾਂ ਦੇ ਨਾਲ ਵਾਹ ਹੈ, ਜੋ ਚੱਲ ਰਿਹਾ, ਸਾਡੇ ਬੱਚਿਆਂ ਦਾ ਕੀ ਭਵਿੱਖ ਹੋਏਗਾ, ਤੁਸੀਂ ਇਕਦਮ ਚੁੱਪ ਕਰਦੇ ਹੋ, ਇੱਕ ਤੁਸੀਂ ਖੌਫ ਜ਼ਦਾ ਹੁੰਦੇ ਹੋ। ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ,
ਸਾਇਲੈਂਸ ਐਨਗਲਫਸ ਮੀ, ਫੀਅਰ ਗ੍ਰਿਪਸ ਟਾਈਟ, ਮਾਈ ਹਾਰਟ ਰੇਸਿਸ ਏ ਰੈਪਿਡ ਡਰਮ ਬੀਟ ਐਕੋਇੰਗ ਦ ਰਾਈਜ਼ ਆਫ ਡਰੈਡ ਵਿਦਨ, ਕਿ ਮੇਰਾ ਦਿਲ ਬਹੁਤ ਤੇਜ਼ ਧੜਕਣਾ ਸ਼ੁਰੂ ਹੋ ਜਾਂਦਾ, ਇੱਕ ਬੜੀ ਜਿਵੇਂ ਕਿਸੇ ਡਰਮ ਦੇ ਉੱਤੇ, ਨਗਾਰੇ ਦੇ ਉੱਤੇ, ਢੋਲ ਦੇ ਉੱਤੇ ਬਾਰ ਬਾਰ ਚੋਟ ਜਦੋਂ ਤੁਸੀਂ ਇੱਕ ਫੀਅਰ 'ਚ ਹੁੰਦੇ ਹੋ, ਇੱਕ ਤੱਕ 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 ਤੁਹਾਡੇ ਦਿਲ ਦੀ ਵੱਧ ਜਾਂਦੀ ਹੈ, ਉਹਨੂੰ ਉਹਨਾਂ ਨੇ ਕੀਤਾ ਕਿ ਵੀ ਇਹ ਅੰਦਰ ਉਹ ਐਕੋ ਕਰ ਰਹੀ ਹੁੰਦੀ ਹੈ ਜਿਹੜਾ ਫੀਅਰ ਵੀ ਹੈ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਦਾ ਕੋਈ ਫਿਊਚਰ ਨਹੀਂ ਹੈ। ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ, ਸਾਇਲੈਂਸ ਐਂਡ ਗਲਫਸ ਮੀ, ਫੀਅਰ ਗ੍ਰਿਪਸ ਟਾਈਟ, ਮਾਈ ਹਾਰਟ ਰੇਸਿਸ ਏ ਰੈਪਿਡ ਡਰਮ ਬੀਟ ਐਕੋਇੰਗ ਦ ਰਾਈਜ਼ ਆਫ ਡਰੈਡ ਵਿਦ ਇਨ ਦੇਅਰ ਫਰੀਡਮ ਐਂਡ ਅਨਸਰਟਨ ਪ੍ਰੋਮਿਸ ਐਂਡ ਆਨਸਰ ਆਈ ਕਾਂਟ ਕੌਨਫੀਡੈਂਟਲੀ ਗਿਵ, ਵਿਲ ਦੇਅਰ ਫੇਟ ਮਿਰਰ ਅਵਰ ਪਾਸਟ, ਏ ਸਾਈਕਲ ਆਫ ਸਬਮਿਸ਼ਨ ਐਂਡ ਸਾਇਲੈਂਟ ਡੈਸਪੇਅਰ। ਹੁਣ ਇਹ ਸੋਚ ਜਿਹੜੀ ਭਵਿੱਖ ਦੀਆਂ ਆਪਣੀਆਂ ਜਨਰੇਸ਼ਨਾਂ ਦੀ ਹੈ ਕਿ ਵੀ ਉਹਨਾਂ ਦੀ ਫਰੀਡਮ ਹੋਏਗੀ ਕਿ ਨਹੀਂ, ਇਹ ਤਾਂ ਅਨਸਰਟਨ ਹੈ, ਉਹ ਤੁਸੀਂ ਇਕਰਾਰ ਕੋਈ ਕਰੋ ਵੀ ਉਹ ਤਾਂ ਤੁਹਾਡਾ ਵਸ 'ਚ ਨਹੀਂ ਹੈ, ਇਸ ਤੁਸੀਂ ਫੇਥ ਦੇ ਨਾਲ ਸਵੈ ਵਿਸ਼ਵਾਸ ਨਾਲ ਜਵਾਬ ਨਹੀਂ ਦੇ ਸਕਦੇ ਕਿ ਕੀ ਉਹ ਵੀ ਤੁਹਾਡੇ ਵਾਲੀ ਹਾਲਤ 'ਚੋਂ ਹੀ ਲੰਘਣਗੇ। ਵੈਲ ਵਿਲ ਦੇਅਰ ਫੇਟ ਮਿਰਰ ਅਵਰ ਪਾਸਟ, ਜੋ ਸਾਡਾ ਪਾਸਟ ਗੁਜ਼ਰਿਆ ਕੀ ਉਹਨਾਂ ਦਾ ਵੀ ਉਹੀ ਹਸ਼ਰ ਨਹੀਂ ਹੋਏਗਾ, ਔਰ ਕੀ ਉਹ ਵੀ ਇਸ ਕਿਸਮ ਦੀ ਗੁਲਾਮੀ ਸਬਮਿਸ਼ਨ ਔਰ ਚੁੱਪ ਚਾਪ ਤੁਸੀਂ ਉਸ ਬੋਝ ਨੂੰ ਚੁੱਕ ਰਹੇ ਹੋ ਔਰ ਅੰਦਰ ਤੁਹਾਡਾ ਪੀੜ ਨਾਲ ਭਰਿਆ ਹੋਇਆ ਪਰ ਤੁਸੀਂ ਖੌਫ ਦੇ ਵਿੱਚ ਜੀ ਰਹੇ ਹੋ। ਦੇਅਰ ਫਰੀਡਮ ਐਂਡ ਅਨਸਰਟਨ ਪ੍ਰੋਮਿਸ ਐਂਡ ਆਨਸਰ ਆਈ ਕਾਂਟ ਕੌਨਫੀਡੈਂਟਲੀ ਗਿਵ, ਵਿਲ ਦੇਅਰ ਫੇਟ ਮਿਰਰ ਅਵਰ ਪਾਸਟ, ਏ ਸਾਈਕਲ ਆਫ ਸਬਮਿਸ਼ਨ ਐਂਡ ਸਾਇਲੈਂਟ ਡੈਸਪੇਅਰ, ਨੋ ਫੋਰ ਆਈ ਸਟੈਂਡ ਵਿਦ ਦ ਡਿਫਾਇੰਟ, ਨੋਟ ਦੋਜ਼ ਹੂ ਬੋਰਡ ਟੂ ਓਪਰੈਸ਼ਨ, ਆਈ ਜੁਆਇਨ ਦ ਰੈਂਕਸ ਆਫ ਫਰੀਡਮ ਫਾਈਟਰਸ ਅਨਡਾਊਂਟਿਡ ਬਾਈ ਦ ਅਨਨੋਨ ਆਊਟਕਮਸ। ਹੁਣ ਇਹ ਹੈ ਜਦੋਂ ਤੁਸੀਂ ਆਪਣੀ ਜ਼ਮੀਰ ਨਾਲ ਘੁਲ ਰਹੇ ਹੁੰਦੇ ਹੋ, ਆਰਗੂਮੈਂਟ ਕਾਊਂਟਰ ਆਰਗੂਮੈਂਟ ਚੱਲ ਰਹੇ ਹੁੰਦੇ ਹੋ, ਤੁਸੀਂ ਆਪਣੀ ਜ਼ਮੀਰ ਦੇ ਆਈਨੇ 'ਚ ਆਪਣੇ ਆਪ ਨੂੰ ਦੇਖ ਰਹੇ ਹੁੰਦੇ ਹੋ, ਫਿਰ ਉਸ 'ਚੋਂ ਰਿਜ਼ੀਲੀਅੰਸ ਡਿਫਾਇੰਸ ਦੀ ਆਵਾਜ਼ ਨਿਕਲਦੀ ਹੈ, ਨੋ ਆਈ ਸਟੈਂਡ ਵਿਦ ਦ ਡਿਫਾਇੰਟ, ਮੈਂ ਬਾਗੀਆਂ ਦੇ ਨਾਲ ਖੜੇ ਜਿਹੜੇ ਸਟੇਟ ਨੂੰ ਚੈਲੰਜ ਕਰ ਰਹੇ ਨੇ, ਜਿਹੜੇ ਗੁਲਾਮੀ ਨੂੰ ਚੈਲੰਜ ਕਰ ਰਹੇ ਨੇ, ਨੋ ਫੋਰ ਆਈ ਸਟੈਂਡ ਵਿਦ ਦ ਡਿਫਾਇੰਟ, ਨੋਟ ਦੋਜ਼ ਹੂ ਬੋਰਡ ਟੂ ਓਪਰੇਸ਼ਨ, ਮੈਂ ਉਹਨਾਂ ਦੇ ਨਾਲ ਨਹੀਂ ਖਲੋਤਾ ਜਿਹੜੇ ਜ਼ੁਲਮ ਦੇ ਸਾਹਮਣੇ ਝੁੱਕ ਗਏ, ਜਿਹਨਾਂ ਨੇ ਜੁੱਤੀਆਂ ਚਟਣੀਆਂ ਕਬੂਲ ਕਰ ਲਈਆਂ। ਆਈ ਜੁਆਇਨ ਦ ਰੈਂਕਸ ਆਫ ਫਰੀਡਮ ਫਾਈਟਰਸ, ਮੈਂ ਆਜ਼ਾਦੀ ਘੁਲਾਟੀਆਂ ਦੇ ਉਸ ਦੇ ਵਿੱਚ ਸ਼ਾਮਿਲ ਹੋ ਗਿਆ। ਅਨਡਾਊਂਟਡ ਬਾਈ ਦਾ ਅਨਨੋਨ ਆਊਟਕਮਸ, ਕੀ ਹੋਏਗਾ, ਇਸ ਤੋਂ ਬੇਪਰਵਾਹ ਹੋ ਕੇ ਆਜ਼ਾਦੀ ਦੇ ਰਸਤੇ ਨੂੰ ਚੁਣਿਆ। ਦਾ ਪਾਵਰ ਆਫ ਮਾਈ ਪੈਨ ਇਜ਼ ਏ ਮਿਸਟਰੀ, ਯੈਟ ਹੋਪ ਲਾਈਜ਼ ਇਨ ਇਟਸ ਟ੍ਰੈਂਬਲਿੰਗ ਲਾਈਨਸ, ਮੇ ਫਿਊਚਰ ਜਨਰੇਸ਼ਨਸ ਰੀਡ ਮਾਈ ਵਰਡਸ, ਸੀਇੰਗ ਫੀਅਰ ਟ੍ਰਾਂਸਫੋਰਮਡ ਇਨ ਟੂ ਕਰੇਜ, ਕਿ ਮੇਰੇ ਕੋਲ ਪੈੱਨ ਹੈ, ਪੈੱਨ ਦੀ ਤਾਕਤ ਇੱਕ ਮਿਸਟਰੀ ਹੈ, ਇਹ ਕਿਵੇਂ ਇਹਨੂੰ ਪ੍ਰਭਾਵਿਤ ਕਰੇਗੀ, ਮਿਸਟਰੀ ਉਹੀ ਹੁੰਦੀ ਹੈ ਵੀ ਜਿਹਦੀ ਕੁੱਖ 'ਚ ਕੀ ਰੱਖਿਆ ਸਾਨੂੰ ਨਹੀਂ ਪਤਾ। ਦਾ ਪਾਵਰ ਆਫ ਮਾਈ ਪੈੱਨ ਇਜ਼ ਏ ਮਿਸਟਰੀ, ਯੈਟ ਹੋਪ ਲਾਈਜ਼ ਇਨ ਇਟਸ ਟ੍ਰੈਂਬਲਿੰਗ ਲਾਈਨਸ, ਇਸ ਦੀਆਂ ਜਿਹੜੀਆਂ ਪੰਕਤੀਆਂ ਨੇ, ਲਾਈਨਾਂ ਨੇ, ਉਹਨਾਂ ਦੇ ਵਿੱਚੋਂ ਹੋਪ ਝਲਕਦੀ ਹੈ। ਮੇ ਫਿਊਚਰ ਜਨਰੇਸ਼ਨ ਰੀਡ ਮਾਈ ਵਰਡਸ, ਭਵਿੱਖ ਦੀਆਂ ਪੀੜ੍ਹੀਆਂ ਜਿਹਨਾਂ ਦੇ ਮੁਸਤਕਬਿਲ ਬਾਰੇ ਅਨਸਰਟਨਟੀ ਹੈ, ਉਹ ਮੇਰੇ ਲਫਜ਼ਾਂ ਨੂੰ ਪੜ੍ਹਨਗੀਆਂ, ਸੀਇੰਗ ਫੀਅਰ ਟ੍ਰਾਂਸਫੋਰਮਡ ਇਨ ਟੂ ਕਰੇਜ, ਕਿ ਮੈਂ
ਜੋ ਲਿਖਦਾ ਮੈਂ ਤਾਂ ਉਸ ਡਰ ਨੂੰ ਹੌਸਲੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਉਹ ਇਸ ਦਾ ਅਸਰ ਕਬੂਲਣ। ਕ੍ਰਿਟਿਕਸ ਮੇ ਮੌਕ ਫਰੋਮ ਸ਼ੈਡੋਜ਼, ਕਾਲਿੰਗ ਮੀ ਕੋਵਰਡ ਫਾਰ ਹਾਈਡਿੰਗ ਇਨ ਇੰਕ, ਬਟ ਦੀਜ਼ ਬਲੈਕ ਮਾਰਕਸ ਬੀਅਰ ਦਾ ਵੇਟ ਆਫ ਏ ਫਿਊਚਰ ਪੇਂਟਡ ਇਨ ਵਾਈਟ ਹੋਪ। ਹੁਣ ਇਹ ਲੋਕਾਂ ਦਾ ਕ੍ਰਿਟੀਸਿਜ਼ਮ। ਹੁਣ ਅਸੀਂ ਵੀ ਜੇ ਗੱਲਬਾਤ ਹੀ ਕਰਦੇ ਹਾਂ, ਹੋਰ ਅਸੀਂ ਕਿਹੜੀ ਭੰਗੀਆਂ ਵਾਲੀ ਤੋਪ ਪੀੜੀ ਹੋਈ ਹੈ। ਇੱਕ ਤਬਕਾ ਉਹ ਸਾਨੂੰ ਵੀ ਇਹ ਕਹਿੰਦਾ ਹੈ ਕਿ ਜੀ ਗੱਲਾਂ ਨਾਲ ਥੋੜ੍ਹੀ ਬਣਨਾ, ਇਹ ਐਵੇਂ ਮਾਰਦੇ ਨੇ, ਯੱਕੜ ਮਾਰੀ ਜਾਂਦੇ ਨੇ, ਬਹਿ ਕੇ ਆਪਣਾ ਦਿਨ ਪੂਰਾ ਕਰ ਲੈਂਦੇ ਨੇ, ਇੱਦਾਂ ਨਹੀਂ, ਆਹ ਕਰੋ ਉਹ ਕਰੋ। ਇਸੇ ਤਰ੍ਹਾਂ ਜੇ ਕੋਈ ਹੋਰ ਕਿਸੇ ਫੀਲਡ 'ਚ ਭਾਵੇਂ ਪਰਿਵਾਰਾਂ ਦੀ ਮਦਦ, ਉਹਨੂੰ ਵੀ ਕਹਿਣ ਵਾਲੇ ਹੋਣਗੇ ਇਹ 'ਚੋਂ ਕੁਛ ਨਹੀਂ ਨਿਕਲਣਾ। ਜੇ ਕੋਈ ਗੁਰਮਤ ਜਾਂ ਪੰਜਾਬੀ ਪੜ੍ਹਾ ਰਿਹਾ ਹੋਏਗਾ ਸਕੂਲਾਂ 'ਚ ਜਾਂ ਦੂਜੇ, ਉਹਨੂੰ ਕਹਿਣਗੇ ਇਹ 'ਚੋਂ ਕੀ ਹੋਣਾ, ਇਹ ਚੱਕੋ। ਹਾਲਾਂ ਆਪ ਉਹ ਕਿੰਨੇ ਕੁ ਬਹਾਦਰ ਨੇ, ਉਹ ਜਦੋਂ ਪਰਖ ਹੁੰਦੇ ਹੈ ਉਦੋਂ ਹੀ ਪਤਾ ਲੱਗਦਾ। ਸੋ ਇਹਦੇ 'ਤੇ ਉਹਨਾਂ ਨੇ ਕਿਹਾ ਕਿ ਕ੍ਰਿਟਿਕਸ ਮੇ ਮੌਕ ਫਰੋਮ ਸ਼ੈਡੋਜ਼, ਕਾਲਿੰਗ ਮੀ ਕੋਵਰਡ ਫਾਰ ਹਾਈਡਿੰਗ ਇਨ ਇੰਕ, ਕਿ ਜੇ ਇਹ ਤਲਵਾਰ ਨਹੀਂ ਚੁੱਕਦੇ, ਸਿਆਹੀ 'ਚ ਲੁਕੇ ਹੋਏ ਨੇ, ਪੈਨ ਦੀ ਤਾਕਤ ਦਾ ਜ਼ਿਕਰ ਕਰ ਰਹੇ ਨੇ ਉਹਨਾਂ ਨੇ। ਪਰ ਬਟ ਦੀਜ਼ ਬਲੈਕ ਮਾਰਕਸ ਬੀਅਰ ਦਾ ਵੇਟ ਆਫ ਏ ਫਿਊਚਰ ਪੇਂਟਡ ਇਨ ਵਾਈਟ ਹੋਪ। ਭਾਵੇਂ ਸਿਆਹੀ ਕਾਲੀ ਹੁੰਦੀ ਹੈ, ਕਿ ਵੀ ਤੁਸੀਂ ਇਹਨਾਂ ਕਾਲੇ ਅੱਖਰਾਂ ਦੇ ਵਿੱਚ ਭਵਿੱਖ ਦੀ ਜਿਹੜੀ ਰੋਸ਼ਨੀ ਹੈ, ਵਾਈਟਨੈਸ ਹੈ, ਚਾਨਣ ਹੈ, ਉਹਨੂੰ ਦੇ ਰਹੇ ਹੋ। ਵਾਹ, ਕਿਆ ਨਾਈਸ ਇਸਤੇਮਾਲ ਕੀਤੇ ਨੇ ਲਫ਼ਜ਼। ਫਰੈਂਡਸ ਰਾਈਜ਼ ਐਂਡ ਸਿੰਗ ਦਾ ਐਂਥਮ ਆਫ ਲਿਬਰਟੀ, ਲੈਟ ਯੂਰ ਹਾਰਟਸ ਡਰਮ ਫਾਰ ਸੈਕਰਡ ਫਰੀਡਮ, ਫੀਲ ਦਾ ਚਰਨ ਵਿਦ ਇਨ ਯੂਰ ਸੋਲ ਟਿਲ ਦਾ ਬੁਲੇਟ ਆਫ ਫਰੀਡਮ ਐਮਰਜਿਸ ਪਿਓਰ। ਕਿ ਦੋਸਤੋ, ਫਰੈਂਡਸ, ਰਾਈਜ਼ ਐਂਡ ਸਿੰਗ ਦਾ ਐਂਥਮ ਆਫ ਲਿਬਰਟੀ, ਖੜ੍ਹੇ ਹੋ ਜਾਓ ਔਰ ਆਜ਼ਾਦੀ ਦੇ ਗੀਤ ਗਾਓ, ਆਜ਼ਾਦੀ ਦਾ ਨੈਸ਼ਨਲ ਐਂਥਮ ਗਾਓ, ਆਜ਼ਾਦੀ ਦਾ ਕੌਮੀ ਤਰਾਨਾ ਵਜਾਓ, ਗਾਓ। ਫਰੈਂਡਸ, ਰਾਈਜ਼ ਐਂਡ ਸਿੰਗ ਦਾ ਐਂਥਮ ਆਫ ਲਿਬਰਟੀ, ਲੈਟ ਯੂਰ ਹਾਰਟਸ ਡਰਮ ਫਾਰ ਸੈਕਰਡ ਫਰੀਡਮ। ਹੁਣ ਜਦੋਂ ਤਰਾਨਾ ਵਜਾਇਆ ਜਾਂਦਾ, ਆਜ਼ਾਦੀ ਦਾ ਇਜ਼ਹਾਰ ਹੈ, ਡਰਮ ਵਜਾਇਆ ਜਾਂਦਾ, ਵੀ ਤੁਹਾਡਾ ਦਿਲ ਜਿਹੜਾ ਉਹ ਡਰਮ ਬਣ ਜਾਏ ਜਦੋਂ ਤੁਸੀਂ ਆਜ਼ਾਦੀ ਦਾ ਤਰਾਨਾ, ਜਦੋਂ ਹੁੰਦਾ ਵੀ ਤੁਹਾਡੇ ਕਣ ਕਣ 'ਚ ਰਗੋ ਰੇਸ਼ੇ 'ਚੋਂ ਆਜ਼ਾਦੀ ਦੀ ਤੜਪ, ਆਜ਼ਾਦੀ ਦੀ ਆਵਾਜ਼ ਨਿਕਲੇ। ਲੈਟ ਯੂਰ ਹਾਰਟਸ ਡਰਮ ਫਾਰ ਸੈਕਰਡ ਫਰੀਡਮ, ਪਵਿੱਤਰ ਆਜ਼ਾਦੀ ਦੇ ਲਈ ਤੁਹਾਡੇ ਦਿਲ ਡਰਮ ਬਣ। ਫੀਲ ਦਾ ਚਰਨ ਵਿਦ ਇਨ, ਤੁਹਾਡੀ ਰੂਹ ਜਿਹੜੀ ਹੈ ਉਹ ਚਰਨ ਹੋਏ, ਜਿਵੇਂ ਉਹ ਮਧਾਣੀ ਮੱਖਣ ਕੱਢਦੀ ਹੈ, ਤੁਹਾਡੇ ਅੰਦਰ ਰਗੋ ਰੇਸ਼ੇ 'ਚ ਉਹ ਚੀਜ਼ ਵਸੀ ਹੋਏ ਜਿਹੜਾ। ਫੀਲ ਦਾ ਚਰਨ ਵਿਦ ਇਨ ਯੂਰ ਸੋਲ ਟਿਲ ਦਾ ਬਟਰ ਆਫ ਫਰੀਡਮ ਐਮਰਜਿਸ ਪਿਓਰ। ਆਜ਼ਾਦੀ ਦਾ ਮੱਖਣ, ਮੈਂ ਵੀ ਚਰਨਿੰਗ ਬਿਲਕੁਲ ਮਧਾਣੀ ਨਾਲ ਉਹਨਾਂ ਨੇ ਐਕਸਪ੍ਰੈਸ਼ਨ ਹੀ ਉਹ ਯੂਜ਼ ਕੀਤੀ ਹੈ ਕਿ ਭਾਈ ਤੁਹਾਡੀ ਰੂਹ ਜਿਹੜੀ ਹੈ ਉਹ ਮਧਾਣੀ ਵਾਂਗ ਜਿਹੜੀ ਹੈ ਉਹਨੇ ਰਿੜਕਾ ਪਾਇਆ, ਰਿੜਕਿਆ, ਔਰ ਆਜ਼ਾਦੀ ਦਾ ਮੱਖਣ ਜਿਹੜਾ ਉਹ ਉਭਰ ਕੇ ਬਾਹਰ ਆਇਆ। ਫਰੈਂਡਸ, ਰਾਈਜ਼ ਐਂਡ ਸਿੰਗ ਦਾ ਐਂਥਮ ਆਫ ਲਿਬਰਟੀ, ਲੈਟ ਯੂਰ ਹਾਰਟਸ ਡਰਮ ਫਾਰ ਸੈਕਰਡ ਫਰੀਡਮ, ਫੀਲ ਦਾ ਚਰਨ ਵਿਦ ਇਨ ਯੂਰ ਸੋਲ ਟਿਲ ਦਾ ਬਟਰ ਆਫ ਫਰੀਡਮ ਐਮਰਜਿਸ ਪਿਓਰ। ਆਵਰ ਗੁਰੂ ਯਰਨਸ ਫਾਰ ਸਵਿਫਟ ਲਿਬਰੇਸ਼ਨ, ਹਿਜ ਸਪੋਰਟ ਏ ਗਾਰਲੈਂਡ ਆਫ ਬ੍ਰਾਈਟ ਹਿਊਜ਼, ਬਰੇਵਰੀ ਵਿਲ ਬੀ ਅਡੋਨਡ ਵਿਦ ਆਨਰ, ਏ ਕਾਲ ਟੂ ਰਾਈਜ਼ ਟੂ ਕਲੇਮ ਅਵਰ ਡਿਊ। ਹੁਣ ਇਹ ਹੈ ਫੇਥ, ਵਿਸ਼ਵਾਸ, ਕਿ ਸਾਡੇ ਗੁਰੂ ਇੰਤਜ਼ਾਰ ਕਰ ਰਹੇ ਨੇ। ਗੁਰੂ ਦਾ ਹਮੇਸ਼ਾ ਹੀ
ਥਾਪੜਾ ਪੰਥ ਦੇ ਉੱਤੇ ਅਵਰ ਗੁਰੂ ਯਰਨਸ ਫੋਰ ਸਵਿਫਟ ਲਿਬਰੇਸ਼ਨ। ਹੁਣ ਉਹ ਮੌਕਾ ਆ ਗਿਆ ਕਿ ਗੁਰੂ ਨੇ ਸਾਨੂੰ ਇਹ ਆਜ਼ਾਦੀ ਦੀ ਦਾਤ ਬਖਸ਼ਣੀ ਹੈ ਔਰ ਹਿਸ ਸਪੋਰਟ ਇਹ ਗਾਰਲੈਂਡ ਆਫ ਬ੍ਰਾਈਟ ਹਿਊਸ। ਹੁਣ ਅਸੀਂ ਜਦੋਂ ਦੇਖਦੇ ਹਾਂ ਮੌਸਮ ਦੀ ਇੰਦਰਧਨੁਸ਼ ਦੇਖਦੇ ਹਾਂ, ਸੱਤ ਰੰਗ ਦੇਖਦੇ ਹਾਂ, ਮੌਸਮ ਦਾ ਖੜਾਅ ਹੁੰਦਾ। ਸੋ ਜਦੋਂ ਗੁਰੂ ਦਾ ਥਾਪੜਾ ਹੁੰਦਾ ਹੈ ਮਾਨੋ ਚਾਰ ਚੁਫੇਰੇ ਚਾਨਣ ਹੀ ਚਾਨਣ, ਔਰ ਤੁਸੀਂ ਆਪਣੀ ਮੰਜ਼ਿਲ ਦੇ ਉੱਤੇ ਹੁੰਦੇ ਹੋ ਜਾਂ ਮੰਜ਼ਿਲ ਦੇ ਕਰੀਬ ਹੁੰਦੇ ਹੋ, ਉਹ ਇੱਕ ਉਸ ਬ੍ਰਾਈਟ ਹਿਊਸ ਦੇ ਗਾਰਲੈਂਡ ਵਾਂਗ ਹੈ, ਹਾਰ ਵਾਂਗ ਹੈ। ਬਰੇਵਰੀ ਵਿਲ ਬੀ ਅਡੋਨਡ ਵਿਦ ਆਨਰ, ਸੂਰਾ ਸੋ ਪਹਿਚਾਨੀ ਹੈ, ਇਹ ਹੈ। ਔਰ ਉਹ ਰਾਜ ਬਿਨਾਂ ਨੇ ਧਰਮ ਚਲਾ ਹੈ ਹੈ, ਪਰ ਉਹ ਹੈ ਕਿ ਅਤ ਹੀ ਰਣ ਮੇ ਤਬ ਜੂਝ ਮਰੋ, ਨਿਸ਼ਚੈ ਕਰ ਆਪਣੀ ਜੇ। ਜਦੋਂ ਤੁਸੀਂ ਇਸ ਪਾਸੇ ਤੁਰੇ ਅਤੇ ਬਹਾਦਰੀ ਦਾ ਜਿਹੜਾ ਹੈ ਉਹ ਬਰੇਵਰੀ ਵਿਲ ਬੀ ਅਡੋਨਡ ਵਿਦ ਆਨਰ, ਇਹ ਕਾਲ ਟੂ ਰਾਈਜ ਟੂ ਕਲੇਮ ਅਵਰ ਡਿਊ। ਲਾਸਟ ਪੈਰਾਗ੍ਰਾਫ ਹੈ, ਯੂਨਿਟੀ ਮੇ ਸੀਮ ਡਿਸਟੈਂਟ ਏ ਹੈਜ਼ੀਟੈਂਟ ਵੇਟ, ਬਟ ਨੋ ਦੈਟ ਡੋਗਸ ਕਾਂਟ ਮਿਮਿਕ ਲਾਇਨਸ, ਦਾ ਬਰੇਵ ਵਿਲ ਰਾਈਜ ਐਂਡ ਪਰੂਵ ਦੇਅਰ ਮਾਈਟ, ਵਾਇਲ ਦਾ ਫੀਅਰਫੁੱਲ ਹਾਈਡ ਫੇਸਿਸ ਬਰਿਡ ਇਨ ਸ਼ੇਮ। ਹੁਣ ਇਹਦੇ ਜਿਹੜਾ ਬਹੁਤ ਖੂਬਸੂਰਤ ਉਹਨਾਂ ਨੇ ਮੈਟਾਫਰ ਯੂਜ ਕੀਤਾ, ਜ਼ਾਹਰ ਹੈ ਕਿ ਵੀ ਗੱਲ ਏਕਤਾ ਦੇ ਨਾਲ ਅੱਗੇ ਵਧਣ ਦੀ ਹੈ। ਨਾਲ ਦੇ ਨਾਲ ਇਹ ਵੀ ਕਿ ਕੁੱਤੇ ਜੇ ਸ਼ੇਰਾਂ ਦੀ ਨਕਲ ਕਰਨ ਲੱਗ ਜਾਣ, ਸ਼ਾਇਦ ਵਕਤੀ ਤੌਰ 'ਤੇ ਕਰ ਹੀ ਲੈਂਦੇ ਨੇ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਿਨ੍ਹਾਂ ਦੇ ਹੱਥ ਪਾਵਰ ਆਉਂਦੀ ਹੈ ਉਹ ਕੁੱਤੇ ਵੀ ਸਮਝਦੇ ਨੇ ਵੀ ਅਸੀਂ ਸ਼ੇਰ ਹੈ, ਪਰ ਇਹ ਲੰਬਾ ਵਕਤ ਨਹੀਂ ਹੁੰਦਾ। ਯੂਨਿਟੀ ਮੇ ਸੀਮ ਡਿਸਟੈਂਟ ਏ ਹੈਜ਼ੀਟੈਂਟ ਵੇਟ, ਬਟ ਨੋ ਦੈਟ ਡੋਗਸ ਕਾਂਟ ਮਿਮਿਕ ਲਾਇਨਸ, ਜਿਹੜੇ ਨੇ ਉਹ ਕੁੱਤੇ ਸ਼ੇਰਾਂ ਵਾਂਗ ਉਹਨਾਂ ਦੀ ਨਕਲ ਨਹੀਂ ਉਤਾਰ ਸਕਦੇ। ਵਕਤੀ ਤੌਰ 'ਤੇ ਉਹ ਸ਼ੇਰ ਦੀ ਖੱਲ ਪਾ ਸਕਦੇ ਨੇ, ਲੇਕਿਨ ਉਹ ਕੁੱਤੇ ਕੁੱਤੇ ਹੀ ਹੁੰਦੇ ਨੇ, ਸ਼ੇਰ ਸ਼ੇਰ ਹੀ ਹੁੰਦੇ ਨੇ। ਦਾ ਬਰੇਵ ਵਿਲ ਰਾਈਜ਼ ਐਂਡ ਪਰੂਵ ਦੇਅਰ ਮਾਈਟ, ਅਲਟੀਮੇਟਲੀ ਇਹ ਕੌਮ ਜਿਹੜੀ ਗੁਰੂ ਦੀ ਬਲੈਸਡ 1.25 ਲੱਖ ਸੇ ਇੱਕ ਲੜਾਊਂ, 1.25 ਲੱਖ ਨਾਲ ਲੜਨ ਦੀ ਸਪਿਰਿਟ ਵਾੜੀ ਬਰੇਵ, ਉਹ ਖਲੋਣਗੇ ਆਪਣੇ ਹੱਕਾਂ ਲਈ, ਆਪਣੀ ਤਾਕਤ ਦਾ ਮੁਜ਼ਾਹਰਾ ਕਰਨਗੇ, ਪਰੂਵ ਦੇਅਰ ਮਾਈਟ, ਵਾਇਲ ਦਾ ਫੀਅਰਫੁੱਲ ਹਾਈਡ ਫੇਸਿਸ ਬਰਿਡ ਇਨ ਸ਼ੇਮ, ਕਿ ਜਿਹੜੇ ਡਰ ਦੇ ਵਿੱਚ ਜਿਉਣ ਵਾਲੇ, ਜੁੱਤੀਆਂ ਖਾਣ 'ਚ ਯਕੀਨ ਰੱਖਣ ਵਾਲੇ, ਜੁੱਤੀਆਂ ਚੱਟਣ ਵਾਲੇ, ਇਹ ਸਾਰੇ ਜਿਹੜਾ ਸ਼ਰਮਿੰਦਗੀ ਦਾ ਬੋਝ, ਇਹਨਾਂ ਇਹ ਵੀ ਤਾਂ ਇਹਨਾਂ ਦੀਆਂ ਨਸਲਾਂ ਵੀ ਜਿਹੜੀਆਂ ਨੇ ਉਸ ਸ਼ਰਮਿੰਦਗੀ ਦੇ ਬੋਝ ਨੂੰ ਢੋਣਗੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਰਮਨ ਪੰਨੂ ਜੀ ਕਹਿੰਦੇ ਨੇ, ਸੋਨ ਮਾਇਲ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ, ਦਵਿੰਦਰ ਸੰਧੂ ਜੀ ਵੀ, ਹੈਰੀ ਜੀ, ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਜੈਦੇਸ਼ ਕਹਿੰਦੇ ਨੇ ਕਿ ਹਾਂਜੀ ਇਹਨਾਂ ਸਭ ਨੇ ਸਾਨੂੰ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਕਿਹਾ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਜੈਦੀਸ਼ ਐਸ ਸੈਨੀ ਕਹਿੰਦੇ ਨੇ ਕਿ ਲੌਂਗੋਵਾਲ ਨੇ ਪੰਥ ਨਾਲ ਧੋਖਾ ਕੀਤਾ ਸੀ ਅਤੇ ਆਪਣੀ ਮੌਤ 'ਤੇ ਦਸਤਖਤ ਕੀਤੇ ਸਨ, ਜਿਸ ਸਮਝੌਤੇ ਦਾ ਇੱਕ ਵੀ ਅੱਖਰ ਲਾਗੂ ਨਹੀਂ ਹੋਇਆ। ਸਮਝੌਤੇ 'ਚ ਵੀ ਕੁਛ ਨਹੀਂ ਸੀ, ਸਮਝੌਤਾ ਹੀ ਸਰੈਂਡਰ ਸੀ, ਲਾਗੂ ਤਾਂ ਕੀ ਹੋਣਾ ਸੀ। ਅੱਛੇ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਹੈਰੀ। ਫਿਰ ਇਸੇ ਤਰ੍ਹਾਂ ਬਸਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸੁਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਚਰਨਜੀਤ ਰੰਧਾਵਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ।
ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ, ਕੁਲਵੰਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਐਸ ਟਰੱਕਿੰਗ ਵੀ ਸਾਨੂੰ ਕਹਿੰਦੇ ਨੇ ਕਿ ਸਿੱਖ ਹੋਮਲੈਂਡ ਨੀਡਿਡ, ਹਿੰਦੂ ਹੈਜ਼ ਹਿੰਦੁਸਤਾਨ, ਮੁਸਲਿਮ ਹੈਜ਼ ਮਲਟੀਪਲ ਕੰਟਰੀਜ਼। ਫਿਰ ਇਸੇ ਤਰ੍ਹਾਂ ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੰਦੇ ਕੋ ਡੰਡੇ ਕੀ ਬਾਤ ਸਮਝ ਆਤੀ ਹੈ, ਗਧੇ, ਹਾਂ ਗਧੇ ਕੋ ਡੰਡੇ ਕੀ ਬਾਤ ਸਮਝ ਮੇਂ ਆਤੀ ਹੈ, ਜਬ ਤੱਕ ਡੰਡੇ ਨਾ ਮਾਰੇ ਥੱਕ ਨਹੀਂ, ਪਤਾ ਨਹੀਂ ਮਾਰੇ ਯੇ ਠੀਕ ਨਹੀਂ ਹੋਗੇ। ਮੇਰੀ ਜਿਹੜੇ ਕਹਿੰਦੇ ਅੰਗਰੇਜ਼ੀ ਕਮਜ਼ੋਰ ਹੈ, ਇਸ ਲਈ ਵਾਸਤੇ ਮੈਂ ਕਹਿੰਦੇ ਮਜ਼ਾਰਤ ਉਰਦੂ ਆਪਰ ਨਹੀਂ ਸਮਝ ਸਕਦੇ। ਮੁਹੰਮਦ ਜਾਵੇਦ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਇਹ ਡੰਡੇ ਦੇ ਯਾਰ ਨੇ, ਔਰ ਡੰਡਾ ਪੀਰ ਹੈ ਵਿਗੜਿਆਂ ਤਗੜਿਆਂ ਦਾ, ਅਲਟੀਮੇਟ ਤਾਂ ਇਹੀ ਇਹਨਾਂ ਦੇ ਹਾਲ ਨੇ। ਬਹੁਤ ਸ਼ੁਕਰੀਆ ਤੁਹਾਡੀ ਲਿਖਤ ਲਈ। ਅਰੇ ਇਨਸ਼ਾ ਅੱਲਾ ਕਹਿੰਦੇ ਖਾਲਿਸਤਾਨ ਜ਼ਰੂਰ ਬਣੇਗਾ। ਫਿਰ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਲਖਬੀਰ ਰੰਗੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਨਾਮ ਔਜਲਾ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਜਸਕੀਰ ਸਿੰਘ ਜੀ ਵੀ ਸਾਨੂੰ ਫਤਿਹ, ਔਰ ਚੜ੍ਹਦੀ ਕਲਾ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਸੁਖਵਿੰਦਰ ਬਾਜਵਾ ਜੀ ਕਹਿੰਦੇ ਨੇ ਓਨਟੇਰੀਓ ਗੁਰਦੁਆਰਾਜ਼ ਕਮੇਟੀ ਓਫਰਸ ਕੈਸ਼ ਰਿਵਾਰਡ ਆਫ 10,000 ਫੋਰ ਇੰਟਰਨੈਸ਼ਨਲ ਰਿਗਾਰਡਿੰਗ ਵੈਂਡਲਿਜ਼ਮ ਆਫ ਹਿੰਦੂ ਮੰਦਰਸ ਦਾ ਕੈਨੇਡੀਅਨ ਪ੍ਰਵਾਸੀ। ਫਿਰ ਕਹਿੰਦੇ ਨੇ ਕਿ ਦਾਬਾ ਅਵਾਰਡ ਵਾਜ ਅਨਾਊਂਸਡ ਇਨ 2023 ਐਂਡ ਸੋ ਫਾਰ ਨਨ ਹੈਜ਼ ਕਮ ਫੋਰਵਰਡ ਟੂ ਕਲੇਮ ਇਟ, ਬਟ ਹਿੰਦੁਸਤਾਨ ਲਾਈਕ ਕੈਨੇਡਾ ਕੀਪ ਡੀਫੇਮਿੰਗ ਐਂਡ ਲਾਈਕ ਚੰਦਰਾ, ਹਾਂਜੀ ਡੀਫੇਮਿੰਗ ਐਂਡ ਥ੍ਰੈਟਨਿੰਗ ਦ ਸਿੱਖ। ਬਾਜਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਿਖਿਆ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀ ਕਿ ਆਲਰੇਡੀ ਓਨਟੈਰੀਓ ਗੁਰਦੁਆਰਾ ਕਮੇਟੀ ਨੇ ਅਨਾਊਂਸ ਕੀਤਾ, ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ, ਕਿਉਂਕਿ ਇਹ ਇਹਨਾਂ ਦਾ ਆਪਣਾ ਕੰਮ ਹੈ ਔਰ ਇਹ ਮਹਿਜ਼ ਇਹਨਾਂ ਦਾ ਵਨ ਪੁਆਇੰਟ ਏਜੰਡਾ ਹੈ ਸਿੱਖਾਂ ਨੂੰ ਬਦਨਾਮ ਕਰਨਾ, ਖਾਲਿਸਤਾਨ ਰੈਫਰੈਂਡਮ ਨੂੰ ਜਿਹੜਾ ਹੈ ਉਹ ਬਿਲਕੁਲ ਅੱਤਵਾਦ ਦੇ ਖਾਤੇ 'ਚ ਪਾਉਣਾ, ਔਰ ਹੁਣ ਜਿਸ ਹੱਦ ਤੱਕ ਜਾ ਕੇ ਅੱਜ ਜਿਹੜੀ ਇਹਨੇ ਸਟੇਟਮੈਂਟ ਕਿ ਜੀ ਇੰਪਿਓਰ ਕਰਤਾ ਕੈਨੇਡਾ ਨੂੰ, ਇਹ ਤਾਂ ਸਿੱਧੇ ਸਿੱਧੇ ਦੰਗੇ ਕਰਾਉਣ ਦੀ ਲਾਈਨ ਹੈ। ਇਹਨੂੰ ਇਹ ਹਿੰਦੂ ਸਿੱਖ ਲੜਾਈ ਦੇ ਵਿੱਚ ਬਦਲਣਾ ਚਾਹੁੰਦੇ ਨੇ, ਔਰ ਅਸੀਂ ਇਹ ਕੈਨੇਡੀਅਨ ਸਿੱਖ ਜਥੇਬੰਦੀਆਂ ਨੂੰ ਵੀ ਕਹਾਂਗੇ ਕਿ ਭਾਈ ਇਹ ਚੰਦਰਾ ਤੋਂ ਲੈ ਕੇ ਜਿੰਨੇ ਇਸ ਚੰਦਰੇ ਦੇ ਹੋਰ ਚੰਦਰੇ ਸਾਥੀ ਨੇ ਇਹਨਾਂ ਨੂੰ ਇਨਵੈਸਟੀਗੇਟ ਕਰੋ, ਇਹਨਾਂ ਦੇ ਘਰਾਂ 'ਚੋਂ ਕੋਈ ਨਾ ਕੋਈ ਹੋਰ ਇਸ ਕਿਸਮ ਦੀਆਂ ਪਲੈਨਿੰਗ ਚੱਲ ਰਹੀਆਂ ਹੋਣਗੀਆਂ, ਇਹ ਆਉਣ ਵਾਲੇ ਪੀਰੀਅਡ 'ਚ ਕੈਨੇਡਾ ਦਾ ਮਾਹੌਲ ਹੋਰ ਗੰਦਲਾ ਕਰਨਗੇ। ਰਾਜਵਿੰਦਰ ਸਿੰਘ ਜੀ ਰਿਸ਼ੀ ਨੂੰ ਉਹਨਾਂ ਨੂੰ ਦਿੰਦੇ ਨੇ ਜਵਾਬ, ਕਹਿੰਦੇ ਮਿਸਟਰ ਰਿਸ਼ੀ ਇਫ ਯੂ ਨੋ ਸਿੱਖਸ ਆਰ ਡਿਫਰੈਂਟ ਐਸਕ ਯੂਅਰ ਕਿਲਰ ਸਟੇਟ ਟੂ ਰੈਕਗਨਾਈਜ਼ ਦੈਟ ਜੀ। ਐਂਡ ਸਿੱਖੋ ਜੀ ਫਤਿਹ ਬੁਲਾਉਂਦੇ ਨੇ, ਔਰ ਰਿਸ਼ੀ ਭਾਰਤਵਾਜ ਦਾ ਤੁਸੀਂ ਮੈਸੇਜ ਕਰ ਦਿਓ, ਪੜ੍ਹ ਦਿਓ ਉਹਨਾਂ ਨੂੰ ਜਵਾਬ। ਹਾਂ ਉਹਨਾਂ ਨੇ ਫਤਿਹ ਬੁਲਾਈ ਹੈ, ਫਿਰ ਉਹਨਾਂ ਨੇ ਕਿਹਾ ਜੀ ਹਿੰਦੂਇਜ਼ਮ ਐਂਡ ਸਿੱਖਇਜ਼ਮ ਆਰ ਡਿਫਰੈਂਟ ਰੈਲੀਜਨਸ ਬਟ ਸ਼ੇਅਰ ਮੈਨੀ ਕੰਸੈਪਟਸ ਲਾਈਕ ਰੀਇਨਕਾਰਨੇਸ਼ਨ, ਕਰਮਾ, ਮੋਕਸ਼ਾ, ਨਾਮ ਸਿਮਰਨ ਐਟਸੈਟਰਾ। ਮੈਂ ਦੂਸਰਾ ਵੀ ਪੜ੍ਹ ਕੇ ਫਿਰ ਜਵਾਬ ਦਿੰਦਾ। ਸਿੱਖਇਜ਼ਮ ਇਜ਼ ਨੋਟ ਏ ਪੰਜਾਬੀ ਰਿਲੀਜਨ, ਗੁਰੂ ਗ੍ਰੰਥ ਸਾਹਿਬ ਕੰਟੇਨਸ ਹਿਮਸ ਫਰੋਮ ਸੇਂਟ ਫਰੋਮ ਆਲ ਓਵਰ ਇੰਡੀਆ, ਦਿਸ ਇਨਕਲੂਡਸ ਯੂਪੀ, ਬੰਗਾਲ, ਮਹਾਰਾਸ਼ਟਰ ਐਟਸੈਟਰਾ। ਸਿੱਖਇਜ਼ਮ ਇਜ਼ ਐਟਰਨਲ ਐਂਡ ਐਗਜ਼ਿਸਟਡ ਈਵਨ ਬਿਫੋਰ ਗੁਰੂ ਨਾਨਕ। ਰਿਸ਼ੀ ਭਾਰਦਵਾਜ ਜੀ, ਜਾਂ ਤਾਂ ਤੁਸੀਂ ਹੀ ਕਨਫਿਊਜ਼ਡ ਹੋ ਅਤੇ ਜਾਂ ਤੁਸੀਂ ਜਾਣ ਬੁੱਝ ਕੇ ਇਸ ਕਿਸਮ ਦਾ ਕਨਫਿਊਜ਼ਨ ਪੈਦਾ ਕਰ ਰਹੇ ਹੋ। ਪਹਿਲੀ ਗੱਲ ਤਾਂ ਜੇ ਪਹਿਲਾਂ ਤੁਹਾਡੀ, ਮੈਂ ਇਸ ਗੱਲ ਨਾਲ ਤਾਂ ਸਹਿਮਤ ਹੈ ਕਿ ਸਿੱਖਇਜ਼ਮ ਐਟਰਨਲ ਹੈ। ਐਟਰਨਲ ਦਾ ਮਤਲਬ ਹੀ ਇਹ ਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਐਟਰਨਲ ਗੁਰੂ ਮੰਨਦੇ ਹਾਂ, ਔਰ ਸ਼ਬਦ ਗੁਰੂ ਨਾਲ ਜੁੜਿਆ ਇਹ ਪੰਥ ਹੈ, ਐਟਰਨਲ ਹੈ।
ਲੇਕਿਨ ਇਹ ਕਹਿਣਾ ਕਿ ਜੀ ਇਹ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਸਿੱਖਿਜ਼ਮ ਐਗਜ਼ਿਸਟ, ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਜਿਹੜੇ ਕੁਛ ਭਗਤ ਜਨ ਨੇ ਜਿਹਨਾਂ ਦੀ ਬਾਣੀ ਹੈ, ਬਾਬਾ ਫਰੀਦ 250-350 ਸਾਲ ਨੇ, ਫਿਰ ਤੁਸੀਂ ਉਹਨਾਂ ਨੂੰ ਇੰਡੀਆ ਦੀ ਬਾਉਂਡਰੀ 'ਚ ਰੱਖਿਆ, ਪਾਕ ਪਤਨ ਨੂੰ ਕਿੱਥੇ ਰੱਖੋਗੇ, ਬਾਕੀ ਜਿਹੜੇ ਸਾਰੇ ਨਨਕਾਣਾ ਸਾਹਿਬ ਤੋਂ ਦੂਸਰਾ ਕਿੱਥੇ ਰੱਖੋਗੇ? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਿਜ਼ਮ ਬੇਸ਼ੱਕ ਕਿਉਂਕਿ ਪੰਜਾਬ ਦੀ ਧਰਤੀ 'ਤੇ ਵਧਿਆ ਫੁੱਲਿਆ, ਉਹਨਾਂ ਨੇ ਹੀ ਜ਼ਿਆਦਾ ਕੰਸੀਕੁਐਂਸ ਸਹਾਰੇ, ਇਸ ਲਈ ਬਹੁਤ ਵਾਰੀ ਉਹਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ ਹੈ। ਯੂਨੀਵਰਸਲ ਹੈ, ਹਰ ਕਿਸੇ ਵੀ ਮੁਲਕ ਦਾ ਰਹਿਣ ਵਾਲਾ, ਕੋਈ ਵੀ ਜ਼ਬਾਨ ਬੋਲਣ ਵਾਲਾ ਸਿੱਖੀ ਦਾ ਦੇ ਸਕੂਲ ਦਾ ਸਟੂਡੈਂਟ ਹੈ ਜਾਂ ਸਿੱਖ ਹੈ। ਲੇਕਿਨ ਤੁਹਾਡਾ ਇਸ ਨੂੰ ਇਹ ਇਹ ਠੀਕ ਹੈ ਕਿ ਵੀ ਜਦੋਂ ਤੁਸੀਂ ਇੱਕ ਕਲਚਰ ਦੇ ਵਿੱਚ ਗਰੋ ਹੁੰਦੇ ਹੋ, ਕੁਛ ਪ੍ਰੈਕਟਿਸਿਸ ਜਿਹੜੀਆਂ ਕਲਚਰਲ ਬਣ ਜਾਂਦੀਆਂ ਨੇ, ਉਹ ਤੁਹਾਡੇ ਧਰਮ 'ਚ ਵੀ ਆ ਵੜਦੀਆਂ ਨੇ, ਹੌਲੀ ਹੌਲੀ ਉਹਨਾਂ ਦਾ ਵਿਕਾਸ ਤੁਸੀਂ ਉਹਨੂੰ ਕਰਦੇ ਹੈ। ਪਰ ਆ ਜਿਹੜੇ ਤੁਸੀਂ 4-5 ਚੀਜ਼ਾਂ ਕਹੀਆਂ ਕਿ ਜੀ ਇਹ ਸਿੱਖਿਜ਼ਮ ਅਤੇ ਹਿੰਦੂਇਜ਼ਮ ਦੀਆਂ ਜਾਂ ਬ੍ਰਹਿਮਨਿਜ਼ਮ ਦੀਆਂ ਕੋਮਨ ਨੇ, ਇਹ ਤੁਹਾਡੀ ਗੱਲ ਠੀਕ ਨਹੀਂ ਹੈ। ਇਹਦੇ 'ਤੇ ਕਿਉਂਕਿ ਲੰਮੀ ਡਿਬੇਟ ਦੀ ਲੋੜ ਹੈ, ਮੈਂ ਕਿਸੇ ਵੇਲੇ ਇਹਨਾਂ ਦੇ ਇਕੱਲੇ ਇਕੱਲੇ ਦੇ ਉੱਤੇ ਗੱਲ ਕਰਾਂਗਾ। ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਰੀਇਨਕਾਰਨੇਸ਼ਨ ਦਾ ਕਾਨਸੈਪਟ ਪੂਰਵ ਜਨਮ ਅਤੇ ਅਗਲੇ ਜਨਮ ਦਾ, ਅਤੇ ਸਿੱਖਿਜ਼ਮ ਦੀ ਜਿਹੜੀ ਬੇਸ਼ੱਕ ਲਫ਼ਜ਼ ਉਹ ਇਸਤੇਮਾਲ ਹੋਏ ਨੇ, ਉਹ ਤਾਂ ਅੱਲਾ ਖੁਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਸਤੇਮਾਲ ਹੋਏ ਨੇ, ਪਰ ਸਾਡਾ ਜਿਹੜਾ ਜ਼ੋਰ ਹੈ ਜਾਂ ਸਿੱਖੀ ਦਾ ਐਮਫੈਸਿਸ ਹੈ, ਉਹ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਔਰ ਇਸ ਜੀਵਨ ਦੇ ਵਿੱਚ ਪਰਫੋਰਮੈਂਸ ਨਾਲ ਜੁੜਿਆ ਹੋਇਆ। ਅਸੀਂ ਨਾ ਜੋਤਸ਼ੀ, ਨਾ ਤੰਤਰ ਮੰਤਰ ਜੰਤਰ, ਪਹਿਲਾਂ ਕੌਣ ਕੀ ਸੀ ਪਿੱਛੋਂ, ਹਾਂ ਅਕਾਊਂਟੇਬਿਲਿਟੀ ਹੈ ਕਿ ਭਾਈ ਉੱਥੇ ਸੱਚੇ ਹੀ ਸੱਜ ਨਿਬੜਿਆ, ਚੁਣ ਵੱਖ ਕੱਢੇ ਜਜਮਾ ਲਿਆ। ਪਰ ਜਿਹੜਾ ਤੁਹਾਡਾ ਜਿਹੜਾ ਕਾਨਸੈਪਟ ਹੈ ਰੀਇਨਕਾਰਨੇਸ਼ਨ, ਤੁਸੀਂ ਪਹਿਲਾਂ ਬੁੱਧਿਜ਼ਮ ਨਾਲ ਹੀ ਕੰਪੇਅਰ ਕਰ ਲਓ ਹਿੰਦੂਇਜ਼ਮ ਦਾ, ਬੁੱਧਿਜ਼ਮ ਦਾ ਵੀ ਟੋਟਲ ਡਿਫਰੈਂਟ ਹੈ, ਔਰ ਲਫ਼ਜ਼ ਤਾਂ ਉਹੀ ਇਸਤੇਮਾਲ ਹੁੰਦੇ ਨੇ। ਸੋ ਇਹ ਤੁਹਾਡੀ ਗੱਲ ਗਲਤ ਹੈ ਕਿ ਫਿਰ ਮੋਕਸ਼, ਅਸੀਂ ਕਿਸੇ ਮੋਕਸ਼ ਦੀ ਚਾਹਨਾ ਨਹੀਂ ਕਰਦੇ, ਅਸੀਂ ਤਾਂ ਕਹਿੰਦੇ ਹਾਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਮੋਕਸ਼ ਦੇ ਲਈ ਪੰਜਾਬੀ ਲਫ਼ਜ਼ ਮੁਕਤ ਹੈ, ਮੁਕਤੀ ਹੈ, ਮਨ ਪ੍ਰੀਤ ਚਰਨ ਕਮਲਾਰੇ, ਸਿੱਖੀ ਦਾ ਆਧਾਰ ਗੁਰੂ ਦੇ, ਰੱਬ ਦੇ, ਅਕਾਲ ਪੁਰਖ ਦੇ ਚਰਨਾਂ ਨਾਲ ਪ੍ਰੀਤ ਹੈ। ਇਸ ਤੋਂ ਬਿਯੋਂਡ ਜਿਹੜੀ ਹੈ ਕੋਈ ਚਾਹਨਾ ਨਹੀਂ ਹੈ। ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਨਰਕ ਸੁਰਗ ਤੈਂ ਪਈ ਕਹਾਵਤ, ਜਿਹੜੇ ਇਸ ਰਸਤੇ ਦੇ ਨੇ ਉਹਨਾਂ ਨੂੰ ਕੋਈ ਨਰਕ ਅਤੇ ਸਵਰਗ ਦੀ ਚਾਹਨਾ ਵਾਸਨਾ ਜਾਂ ਉਸ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਪਾਠ ਨਹੀਂ ਹੁੰਦਾ। ਔਰ ਇਹ ਸਾਰੇ 'ਚੋਂ ਜਿਹੜਾ ਇੱਕ ਉਹਨਾਂ ਦਾ ਹੋਰ ਸੀ ਇਸ ਦੇ ਉੱਤੇ ਕਰਮਾਂ, ਇਹ ਤੁਹਾਡੇ ਕਰਮਾਂ ਵਾਲੀ ਫਿਲੋਸਫੀ ਡਿਫਰੈਂਟ ਹੈ। ਸਾਡੇ ਤਾਂ ਇਹ ਹੈ ਕਿ ਭਾਈ ਨਾਲ ਦੀ ਨਾਲ ਜਿਹੜਾ ਉਹ ਸਜ਼ਾ, ਐ ਕਰ ਕਰੇ ਸੋ ਐ ਕਰ ਪਾਏ। ਤੁਹਾਡੇ ਯੁੱਗਾਂ ਦੇ ਕਾਨਸੈਪਟ ਥੱਲੇ ਤੁਸੀਂ ਕਈ ਲੱਖ ਸਾਲ ਬਣਾ ਦਿੰਦੇ ਹੋ, ਅਸੀਂ 8,000 ਸਾਲ ਦੀ ਹਿਊਮਨ ਹਿਸਟਰੀ 'ਚ ਸਾਰਾ ਨਿਬੇੜ ਦਿੰਦੇ, ਔਰ ਅਸੀਂ ਕਲਯੁੱਗ ਨੂੰ ਡਿਫਾਈਨ ਕਰਦੇ ਹਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੁੰਦਾ, ਕਿ ਸਾਡਾ ਕਲਯੁੱਗ ਤਾਂ ਕਲਯੁੱਗ ਵਿਛੋੜਿਆ ਅਤੇ ਸਤਯੁੱਗ ਮਿਲਣਾ, ਇਹ ਸਾਡੀ ਡੈਫੀਨੇਸ਼ਨ ਹੈ। ਜਿਹੜੀ ਤੁਹਾਡੇ ਯੁੱਗਾਂ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਤੋਂ ਅਲਟੂਗੈਦਰ ਜਿਹੜੀ ਹੈ ਡਿਫਰੈਂਟ ਹੈ। ਅਤੇ ਨਾਮ ਸਿਮਰਨ ਜਿਹੜਾ ਹੈ ਉਹ ਵੀ ਸਿੱਖੀ ਦਾ ਇੱਕ ਗੁਰਮੰਤਰ, ਮੂਲ ਮੰਤਰ, ਅਲਟੂਗੈਦਰ ਡਿਫਰੈਂਟ ਨੇ। ਤੁਹਾਨੂੰ ਕਿਵੇਂ ਲੱਗਿਆ ਵੀ ਤੁਹਾਡੇ ਨਾਮ ਸਿਮਰਨ ਹੈ? ਤੁਸੀਂ ਤਾਂ ਇਹ ਸਾਰਿਆਂ ਨੂੰ ਕਿਵੇਂ ਦੇਖਦੇ ਹੋ, ਕਿਵੇਂ ਦੇਵ ਭਗਤੀ ਨਾਲ ਜੁੜਿਆ ਹੋਇਆ ਪਾਰਟ ਹੈ? ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨੂੰ ਤੁਸੀਂ ਕਨਫਿਊਜ਼ ਕਰ ਰਹੇ ਹੋ ਜਾਂ ਆਪ ਹੀ ਇਸ ਦੇ ਉੱਤੇ ਕਨਫਿਊਜ਼ ਹੋ। ਜੀ ਡਾਕਟਰ ਸਾਹਿਬ, ਹੁਣ ਗੁਰਨੇਕ ਨਿੱਜਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਨਰਿੰਦਰ ਜੀ ਵੀ ਔਰ ਬਲਵਿੰਦਰ ਸਿੰਘ ਜੀ ਐਨ ਸਿੰਘੂ ਜੀ ਵੀ, ਅਮਰਜੀਤ ਰਾਏ ਜੀ ਵੀ ਥੈਂਕ ਯੂ ਸੋ ਮੱਚ ਕਹਿੰਦੇ ਨੇ, ਧਰਮ ਸਿੰਘ ਜੀ ਵੀ, ਫਿਰ ਤਰ੍ਹਾਂ ਗੁਰਜੀਤ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਅਜਵਿੰਦਰ ਸਿੰਘ,
ਵੀ ਸੌਦਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਗੁਰੂ ਮਹਿੰਦਰ ਸਿੰਘ ਜੀ ਫਤਿਹ, ਫਿਰ ਇਸੇ ਤਰ੍ਹਾਂ ਜੂਨ 84 ਜ਼ਖਮ ਰਿਸ਼ਤੇ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜਸ ਜੈਲਦਾਰ ਢਿੱਲੋਂ ਜੀ ਵੀ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕਮਾਂਡੋ ਫੋਰਸ ਜੀ ਵੀ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਕੌਰ ਸ਼ਰਨਜੀਤ ਜੀ ਵੀ ਕਹਿੰਦੇ ਸੋਚੋ ਅੱਜ ਬਰਨਾਲਾ ਦਾ ਪਰਿਵਾਰ ਕਿੱਥੇ ਹੈ। ਲਾਡੀ ਸਿੰਘ ਜੀ ਵੀ ਥੈਂਕ ਯੂ ਕਹਿੰਦੇ ਨੇ, ਫਿਰ ਇਸ ਤਰ੍ਹਾਂ ਬਲਵੀਰ ਸਿੰਘ ਗਿੱਲ ਜੀ ਵੀ, ਮਲਕੀਤ ਕੌਰ ਜੀ, ਸਿੰਘ ਸਰਦਾਰ ਜੀ, ਨਰਿੰਦਰ ਜੀ, ਸਿੰਘ ਗਰਚਾ ਜੀ ਵੀ, ਬਲਵਿੰਦਰ ਸਿੰਘ ਜੀ, ਜਸਵੀਰ ਸਿੰਘ ਜੀ, ਰਣਜੀਤ ਸਿੰਘ ਜੀ ਵੀ ਕਹਿੰਦੇ, ਡਾਕਟਰ ਸਾਹਿਬ ਨੀਲਮ ਕੌਰ ਜੀ, ਟੀ ਵੀ 84 ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੁਖਜੀਵਨ ਬੱਚੂ ਜੀ ਵੀ, ਫਿਰ ਇਸੇ ਤਰ੍ਹਾਂ ਗੁਰਮਹਿੰਦਰ ਸਿੰਘ ਜੀ ਵੀ, ਫਿਰ ਤਰਸੇਮ ਈ ਪੰਜਾਬ, ਬਲਿਹਾਰ ਸਿੰਘ ਕੰਗ ਜੀ ਵੀ, ਕੌਰ ਸ਼ਰਨਜੀਤ ਜੀ ਵੀ ਕਹਿੰਦੇ, ਰਿਸ਼ੀ ਜੀ ਤੁਹਾਡਾ ਧੰਨਵਾਦ, ਤੁਹਾਡੇ ਸ਼ੰਕਿਆਂ ਦੇ ਬਹਾਨੇ ਸਾਡੀ ਜਾਣਕਾਰੀ 'ਚ ਵਾਧਾ, ਧੰਨਵਾਦ ਤੁਹਾਡਾ ਵੀ ਡਾਕਟਰ ਸਾਹਿਬ ਜੀ, ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਇਜਾਜ਼ਤ, ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ, ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ SOS@TV4.TV 'ਤੇ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣੇ ਡਾਕਟਰ ਨੂੰ ਆ ਗਿਆ ਦੋ, ਦੇਖਦੇ ਰਹੋ TV4, ਬੁਲਾ ਦਿਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ।